ਪੜ੍ਹ ਪੜ੍ਹ। ਸੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰੂ ਮਾਨਯੋਗ ਗ੍ਰੰਥ ਸੇਵਕ ਜੱਥਾ ٹرسٹ ਚਾਂਬੂਰ ਮੁੰਬਈ ਵੱਲੋਂ 3 ਦਿਨਾਂ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਜਿਨ੍ਹਾਂ ਨੇ ਗੁਰਬਾਣੀ ਕੀਰਤਨ ਕਥਾ ਦਾ ਆਨੰਦ ਮਾਨਿਆ ਸਮਾਗਮ ਵਿੱਚ ਭਾਈ ਸਾਪਾਏ ਕਵਲਜੀਤ ਸਿੰਘ ਜੀ ਨੂਰ ਭਾਈ ਜਸਕਰਨ ਸਿੰਘ ਜੀ ਪਟਿਆਲੇ ਵਾਲੇ ਭਾਈ ਸਾਪਾਏ ਗੁਰਕੀਰਤ ਸਿੰਘ ਜੀ ਸ਼ੰਮ੍ਰਿਸ਼ਰ ਸਾਹਿਬ ਦਰਬਾਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸਮਾਗਮ ਉਪਰੰਤ ਗੁਰਕਾਰ ਦੇ ਸੇਵਾਦਾਰਾ ਨੇ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਮਾਨੋ ਗ੍ਰੰਥ ਸੇਵਕ ਜਥਾ ٹرسٹ ਚੰਬੁਰ ਮੁੰਬਈ ਦੀ ਤਰਫੋਂ ਪਿਛਲੇ 3 ਦਿਨਾਂ ਤੋਂ ਉਪਰਾਲਾ ਹੋ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗਦੀ ਦਿਵਸ ਨੂੰ ਪਿਛਲੇ 17 ਸਾਲਾਂ ਤੋਂ ਬੜੇ ਹੀ ਤੂਮ-ਤਾਮ ਨਾਲ ਚਾਅ ਨਾਲ ਇਹ ٹرسٹ ਜੋ ਹੈ ਮਨਾ ਰਹੀ ਹੈ ਔਰ ਸੰਗਤਾਂ ਵੀ ਬੜੇ ਹੀ ਚਾਅ ਨਾਲ ਦਰਸ਼ਨ ਦੇ ਕੇ ਟਰਸੀ ਸਭ ਮੈਂਬਰ ਸਾਰੇ ਸੇਵਾਦਾਰਾਂ ਦਾ ਜੋ ਹੈ ਮਨੋਬਲ ਵਧਾ ਰਹੇ ਨੇ ਇਸੀ ਪਰੰਪਰਾ ਨੂੰ ਕਾਇਮ ਕਰਦੇ ਹੋਏ ਇਹ 25 26 ਤੇ 27 ਅਕਤੂਬਰ 2024 ਨੂੰ ਇਹ ਸਮਾਗਮ ਹੋਇਆ ਹੈ ਅਸ ਸਮਾਗਮ ਦਾ ਆਖਰੀ ਦਿਨ ਸੀ ਔਰ ਸੰਗਤਾਂ ਬੜੇ ਹੀ ਚਾਵ ਨਾਲ ਦਰਸ਼ਨ ਦੇ ਕੇ ਗੁਰਬਾਣੀ ਕੀਰਤਨ ਕਥਾ ਤੇ ਵਿਚਾਰਾਂ ਦਾ ਆਨੰਦ ਮਾਣਿਆ ਹੈ ਔਰ ਸੇਵਾਦਾਰਾਂ ਦਾ ਵੀ ਮਨੋਬਲ ਵਧਾਇਆ ਹੈ ਅਸੀਂ ਸਾਰੇ ਸੇਵਾਦਾਰ ਸਾਰੀ ਸੰਗਤਾਂ ਦੇ ਔਰ ਜਿਨ੍ਹਾਂ ਨੇ ਵੀ ਇਸ ਉਪਰਾਲੇ ਵਿੱਚ ਸਹਿਯੋਗ ਕਿਸੇ ਵੀ ਤਰੀਕੇ ਨਾਲ ਦਿੱਤਾ ਹੈ ਤਨ ਮਨ ਦਰ ਨਾਲ ਉਹਨਾਂ ਦਾ तहे ਦਿਲ ਤੋਂ ਧੰਨਵਾਦੀ ਆਗੇ ਹਾਂ ਔਰ ਇਹੀ ਕਾਮਨਾ ਰੱਖਦੇ ਹਾਂ ਕਿ ਭਈ ਇਸੇ ਤਰ੍ਹਾਂ ਸੀ ਸਾਰੇ ਹੋਰ ਅੱਗੇ ਵੱਧ ਚੜ ਕੇ ਕੋਸ਼ਿਸ਼ ਕਰਿਏ ਗੁਰਬਾਣੀ ਦਾ ਪ੍ਰਚਾਰ ਕਰੀਏ ਔਰ ਸੰਗਤਾਂ ਨੂੰ ਨਾਲ ਜੋੜੀਏ ਇਸ ਮਹਾਨ ਉਪਰਾਲੇ ਦੇ ਅੰਦਰ ਪੰਥ ਪ੍ਰਸਿੱਧ ਦੇ ਰਾਗੀ ਜੋ ਉਹਨਾਂ ਨੇ ਹਾਜ਼ਰੀ ਭਰੀ ਹੈ ਰਾਗੀ ਕਮਲਜੀਤ ਸਿੰਘ ਜੀ ਨੂਰ ਰਾਗੀ ਜਸਕਰਨ ਸਿੰਘ ਜੀ ਪਤਿਆਲੇ ਵਾਲੇ ਔਰ ਰਾਗੀ ਜਥਾ ਗੁਰਕੀਰਤ ਸਿੰਘ ਜੀ ਅੰਮ੍ਰਿਤਸਰ ਹਜੂਰੀ ਰਾਗੀ ਦਰਬਾਰ ਸਾਹਿਬ ਉਹਨਾਂ ਨੇ ਸੰਗਤਾਂ ਨੂੰ ਕੀਰਤਨ ਦੇ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ ਹੈ ਅਸੀਂ ਸਾਰੇ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਮਾਨੇ ਗੁਰਦੱਤ ਸਾਹਿਬ ਜੀ ਦਾ 17 ਗੁੱਤਾ ਗਰਦੀ ਦਾਸ ਜੀ ਮਨਾ ਰਹੇ ਹਾਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਇਸੇ ਤਰ੍ਹਾਂ ਸਾਡਾ ਗੁਰੂ ਮਾਨੁਗ੍ਰੰਥ ਜੱਥਾ ਜੋ ਹੈ ਟਰਸਟ ਹੈ ਉਹ ਚਰਦੀ ਕਲਾ ਚ ਰਹਿ ਅਸੀਂ ਇਹ ਉਮੀਦ ਕਰਦੇ ਆ ਕਿ ਜਿਸ ਉਹ ਤਨ ਮਨ ਨਾਲ ਸੇਵਾ ਕਰਦੇ ਨੇ ਉਸ ਤਰ੍ਹਾਂ ਹਮੇਸ਼ਾ ਕਰਦੇ ਰਹਿਣ ਔਰ ਕਰਦੇ ਰਹਿਣ ਅਸੀਂ ਉਹਨਾਂ ਦੀ ਇਹ ਹੀ ਸਫਲਤਾ ਚਾਹੁੰਦੇ ਆ ਉਹਨਾਂ ਦੇ ਸਿਹਤ ਹਸਤੇ ਉਹਨਾਂ ਦੇ ਹਰ ਜਗ੍ਹਾ ਸੇ ਇੱਕ ਆਗੇ ਕੀ ਚਰਦੀ ਕਲਾ ਚ ਰਹਿਣ ਬੱਚੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ